ਹਾਂਜੀ ਢਿੱਲੋਂ ਸਾਹਿਬ, ਜਿਹੜਾ ਅੱਜ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ, ਕਿਵੇਂ ਦਾ ਗੁਜ਼ਾਰਾ ਮਿਲ ਰਿਹਾ? ਕੱਲ ਦੀ ਗੱਲ ਤੁਸੀਂ ਕਰਨੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਕੱਲ ਜਿਹੜਾ ਰੋਡ ਸ਼ੋਅ ਸੀ ਉਹ ਪੰਜਾਬ ਤੇ ਪੂਰੇ ਭਾਰਤ ਵਿੱਚੋਂ ਬੰਦੇ ਆ ਗਏ। ਉਹ ਸਿਰਫ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ, ਪਰ ਉਹਨਾਂ ਨੂੰ ਭੁਲੇਖਾ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਬਹਿਕਾਵੇ ਵਿੱਚ ਨਹੀਂ ਆਉਣ ਲੱਗੇ। ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ, ਬਾਹਰੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਨੇ ਔਰ ਬਾਹਰੀ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ। ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ, ਹੁਣ ਭੁੱਲ ਜਾਓ। ਹੁਣ ਲੁਧਿਆਣੇ ਵਾਲੇ ਲੁਧਿਆਣੇ ਵੀ ਨੂੰ ਚੁਣਨਗੇ, ਜਿਹੜਾ ਲੁਧਿਆਣੇ ਦਾ ਰਹਿਣ ਵਾਲਾ, ਲੁਧਿਆਣੇ ਦਾ ਜੰਮਪਲ, ਲੁਧਿਆਣੇ ਬਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਬਾਰੇ ਜਾਣਨ ਵਾਲੇ ਵਿਅਕਤੀ ਨੂੰ ਚੁਣਨਗੇ। ਹੁਣ ਇਹ ਗੱਲ ਸਪਸ਼ਟ ਹੋ ਗਈ ਹੈ। ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ, ਡਬਲ ਇੰਜਨ ਦੀ ਜਿਹੜੀ ਆ ਇੱਕ ਸਰਕਾਰ ਐਤਕੀ ਨਹੀਂ ਹੈਗੀ ਲਿਆਣੀ ਚਾਹੀਦੀ। ਉਹ ਕਹਿੰਦੇ ਦੋ ਚਾਰ ਜਿਹੜੇ ਮੈਂ ਤੁਸੀਂ ਚੁਣੋਗੇ ਉਹ ਕੀ ਕਰਨਗੇ, ਕਿਵੇਂ ਦੇਖਦੇ? ਦੇਖੋ ਇਹ ਗੱਲ, ਦੋ ਚਾਰ ਚੁਣੋਗੇ ਕੀ ਕਰਨਗੇ? ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਇਸ ਵਾਰ, ਉੱਪਰ ਵਾਲੇ ਇੰਜਨ ਵੀ ਖਤਮ, ਇਕੱਲੇ ਡੱਬੇ ਡੱਬੇ, ਉੱਪਰ ਕੋਈ ਸਰਕਾਰ ਨਹੀਂ ਬਣ ਰਹੀ, ਗੱਠਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਬਣੀ, ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੋਣਗੇ ਨਾ 8-10, ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣਨੀ ਆ, ਨਹੀਂ ਸਰਕਾਰ ਨਹੀਂ ਬਣ ਸਕਦੀ। ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਵਾਂਗੇ, ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋੜਾਂ ਦੀ ਗੱਲ ਕਰਕੇ ਫਿਰ ਸਮਰਥਨ ਦੇਵਾਂਗੇ। ਉਹ ਬੜੇ ਭੁਲੇਖੇ ਜਾ ਵੀ ਡਬਲ ਇੰਜਨ ਅਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ, ਇਸ ਵਾਰ ਇੰਜਨ ਨਹੀਂ ਲੱਗਣਾ। ਸੋ ਦੂਸਰੀ ਜਿਹੀ ਗੱਲ, ਨੁਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਹੈ ਮਸਲਿਆਂ ਦੀ, ਆਪਣੇ ਮਸਲੇ ਹੱਲ ਕਰਾਉਣੇ, ਆਵਾਜ਼ ਬੁਲੰਦ ਕਰਨੀ ਹੁੰਦੀ ਹੈ, ਆਵਾਜ਼ ਚੁੱਕ ਕੇ ਉਦੋਂ ਬਾਅਦ ਉਹਦੀ ਪੈਰਵਾਈ ਕਰਨੀ ਹੁੰਦੀ ਹੈ, ਇਕੱਲਾ ਸਵਾਲ ਨਹੀਂ ਪਾਉਣਾ, ਇਕੱਲਾ ਮਸਲਾ ਉਠਾਉਣਾ ਨਹੀਂ, ਫਿਰ ਉਹਦੀ ਪੈਰਵਾਈ ਕਰਨੀ ਹੁੰਦੀ ਆ ਵੀ ਭਾਈ ਮੈਂ ਆਹ ਗੱਲ ਕਹੀ ਆ, ਸੰਬੰਧਿਤ ਮਹਿਕਮੇ 'ਚ ਜਾ ਕੇ ਫਾਈਲ ਚੱਕ ਕੇ ਫਾਈਲ ਦੀ ਪੈਰਵਾਈ ਕਰਕੇ ਮਸਲੇ ਹੱਲ ਕਰਾਏ ਜਾਂਦੇ, ਮੈਨੂੰ ਪਤਾ ਮੈਂ ਕਰਾਏ ਹੋਏ। ਢਿੱਲੋਂ ਸਾਹਿਬ, ਸਮਾਰਟ ਸਿਟੀ ਦਾ ਜ਼ਿਕਰ ਕੀਤਾ, ਅਕਾਲੀ ਦਲ ਦੇ ਸਮੇਂ ਸਮਾਰਟ ਸਿਟੀ ਪ੍ਰੋਜੈਕਟ ਆਇਆ ਸੀ, ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿਤੇ ਨਾ ਕਿਤੇ ਬੁਲੰਦੀਆਂ ਚੜਾ ਰਹੇ। ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਦਾ ਲੱਗਦਾ ਜੀ? ਲੱਗਦਾ ਕੋਈ ਟੈਕਸ? ਉਹ ਝੂਠ ਬੋਲ ਕੇ ਸਰਕਾਰ ਬਣਾ ਲਏ, ਝੂਠ ਬੋਲ ਕੇ ਪਹਿਲਾਂ ਸਹੁੰ ਖਾ ਲਈਆਂ ਝੂਠੀਆਂ, ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਵਿੱਚ ਬੋਲੀ ਜਾਣਾ। ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਰ ਰੋਡ ਦਾ ਨੀਂਹ ਪੱਥਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਗਡਕਰੀ ਸਾਹਿਬ ਤੋਂ ਰਖਾਇਆ ਜੀ 16 ਦੇ ਵਿੱਚ, ਸਾਰੀ ਦੁਨੀਆ ਜਾਣਦੀ, ਤੁਸੀਂ ਵੀ ਜਾਣਦੇ। ਅਤੇ ਉਹ ਪੁਲ ਦੇ ਉੱਤੇ ਚੜ੍ਹ ਕੇ ਰੋਜ਼ ਲਾਈਵ ਹੋ ਜਾਂਦਾ ਸੀ ਵੀ ਆਹ ਬਣ ਰਿਹਾ ਜੀ, ਆਹ ਦੇਖੋ ਜੀ। ਸੋ ਇਸ ਕਰਕੇ ਮੈਂ ਇਹ ਕਹਿੰਦਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਹਾ, ਲੁਧਿਆਣੇ 'ਚ ਨਿਸ਼ਾਨੀ ਤਾਂ ਦੱਸੇ ਆਪਦੀ ਉਹਨੇ ਕੀ ਕੀਤਾ, ਕਿਤੇ ਉਹਦਾ ਪੱਥਰ ਲੱਗਿਆ ਹੋਇਆ ਤਾਂ ਲੱਭ ਕੇ ਦਿਖਾ ਦਿਉ, ਕਿਸੇ ਧਰਮਸ਼ਾਲਾ ਨੂੰ, ਕਿਸੇ ਸਕੂਲ ਨੂੰ, ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਉ। ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ, ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ 'ਚ ਭਾਈਵਾਲੀ ਨਹੀਂ ਬਣੀ, ਲੁਧਿਆਣੇ ਦੇ ਇੱਕ ਵੀ ਖੁਸ਼ੀ ਕਮੀ ਦੇ ਸਮਾਗਮ ਵਿੱਚ ਨਹੀਂ ਆਇਆ, ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ, ਉਹਨਾਂ ਨੂੰ ਬੇਵਕੂਫ ਸਮਝਦਾ ਰਿਹਾ ਵੀ ਇਹ ਤਾਂ ਬੇਵਕੂਫ ਨੇ, ਮੈਨੂੰ ਵੋਟ ਪਾ ਦਿੰਦੇ ਆ, ਮੈਂ ਇਹਨਾਂ ਤੋਂ ਕੀ ਲੈਣਾ। ਸਰ, ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦੇ ਪ੍ਰੋਜੈਕਟ ਇਹਨਾਂ ਨੇ ਰੋਕਤੇ ਸੀ 2022 ਦੇ ਵਿੱਚ ਆ ਕੇ, 17 ਦੇ ਵਿੱਚ ਆ ਕੇ ਇਹਨਾਂ ਨੇ, ਉਹਨੂੰ ਕਿਸ ਤਰ੍ਹਾਂ ਨਾਲ ਉਹ ਪ੍ਰੋਜੈਕਟ ਦੁਆਰਾ ਨਵੇਂ ਸਿਰੇ ਤੋਂ ਸ਼ੁਰੂ ਕਰਵਾਉਂਗੇ ਹੁਣ ਤੁਸੀਂ ਜੇ ਜਿੱਤ ਕੇ ਤੁਸੀਂ ਆਉਂਦੇ ਖੜੀਆਂ ਕੀਤੀਆਂ ਨੇ ਜੀ, ਪੂਰਬੀ ਲਈ ਮੁਸੀਬਤ ਖੜੀ ਕੀਤੀ ਆ ਜੀ, ਨੁਮਾਇੰਦੇ ਮਸਲੇ ਹੱਲ ਕਰਨ ਵਾਸਤੇ ਹੁੰਦੇ ਆ, ਮੁਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ ਜੀ। ਇਹਨਾਂ ਨੇ ਮੁਸੀਬਤ ਸਾਡੇ ਲਈ ਦਿੱਤੀ, ਜਿਹੜਾ ਰੋਡ ਬਣਿਆ ਨਾ
ਪਾਣੀਪਤ ਤੋਂ ਲੈ ਕੇ ਤਰਨ ਤਰਨ ਤੱਕ ਜਲੰਧਰ ਤੱਕ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ, ਅੱਜ ਲੁਧਿਆਣਾ ਦੋ ਹਿੱਸਿਆਂ 'ਚ ਬਣਤਾ ਇਹਨਾਂ ਨੇ। ਹੁਣ ਜੇ ਪਰਲੇ ਬੰਨੇ ਸ਼ਹਿਰ ਆਉਣਾ ਹੋਵੇ, ਇੱਕ ਬਹੁਤ ਵੱਡਾ ਟਾਸਕ, ਇੱਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ, ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ। ਇੰਨੀ ਮੁਸ਼ਕਲ ਹੋ ਗਈ ਪਰਲੇ ਬੰਨੇ, ਵੱਡੀ ਇੰਡਸਟਰੀ ਆ ਹੌਜਰੀ ਦੀ ਅਤੇ ਹੋਰ, ਉਹਨਾਂ ਨੂੰ ਆਉਣਾ ਜਾਣਾ ਔਖਾ, ਰੋ ਮਟੀਰੀਅਲ ਜਾਣਾ, ਬਣਿਆ ਹੋਇਆ ਪ੍ਰੋਡਕਟ ਜਾਣਾ, ਬੜੀ ਮੁਸ਼ਕਲ 'ਚ ਉਹ ਲੋਕ ਰਹਿ ਰਹੇ ਨੇ। ਔਰ ਮੈਂ ਤੁਹਾਡੇ ਰਾਹੀਂ ਇਹ ਗੱਲ ਦੱਸਣੀ ਚਾਹੁੰਦਾ, ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਜੀ, ਉਹ ਐਲੀਵੇਟਰ ਰੋਡ ਕਰਾਂਗੇ, ਐਲੀਵੇਟਰ ਠੀਕ ਹੈ, ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ, ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ, ਜਿਹੜਾ ਸ਼ਹਿਰ ਤੋਂ ਕੱਟਿਆ ਗਿਆ, ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਊ। ਠੀਕ ਹੈ, ਧੰਨਵਾਦ। ਸਤਨਾਮ ਜੀ। ਹਾਂਜੀ ਸਰ, ਲੋਕੋ ਥੱਲੇ ਕਰ ਦੋ, ਥੱਲੇ ਕਰ ਦੋ, ਅੱਜ ਦਾ ਫਾਇਦਾ ਜੀ ਸਮਰਥਨ ਦਿੱਤਾ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਨੂੰ, ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਬਹੁਮਤ ਨਾਲ ਲੁਧਿਆਣੇ ਤੱਕ ਜਿਤਾਵਾਂਗੇ। ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ, ਕੀ ਅਪੀਲ ਰਹੂਗੀ? ਪਬਲਿਕ ਨੂੰ ਇਹੀ ਅਪੀਲ ਦਊਂਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ, ਜੇ ਲੁਧਿਆਣੇ ਜ਼ਿਲ੍ਹੇ ਦਾ ਵਿਕਾਸ ਕਰਾਉਣਾ, ਲੁਧਿਆਣੇ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਨੇ ਇਮਾਨਦਾਰ ਬੇਦਾਗ ਬੰਦੇ ਨੇ, ਜੇ ਇਹਨਾਂ ਨੂੰ ਤੁਸੀਂ ਜਿਤਾਓਗੇ ਲੋਕ ਸਭਾ 'ਚ ਜਾ ਕੇ ਲੁਧਿਆਣਾ ਜ਼ਿਲ੍ਹੇ ਦੀ ਆਵਾਜ਼ ਉਠਾਉਣਗੇ, ਜਿਸ 'ਚ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਹੋਵੇ। ਜਿੰਨੇ ਵੀ ਸੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ, ਕਿੰਨਾ ਇਕੱਠ ਸੀਗਾ, ਇਹੀ ਆਪ ਜਿੱਤ ਯਕੀਨੀ ਦਵਾ ਰਹੇ ਹਾਂ ਕਿ ਇੱਕ ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪੈਣਗੀਆਂ ਅਤੇ ਜਿਹੜਾ ਰਿਜ਼ਲਟ ਆ ਕੁਛ ਅਕਾਲੀ ਦਲ ਦੇ ਹੱਕ ਚ ਆਊਗਾ। ਠੀਕ ਹੈ, ਧੰਨਵਾਦ।